ਹੈਲੋ ਦੋਸਤੋ, ਮੈਂ ਵਿਵੇਕ ਵੱਤ ਸਵਾਗਤ ਕਰਦਾ ਤੁਹਾਡੇ ਸਾਰਿਆਂ ਦਾ ਮੇਰੇ ਯੂਟਿਊਬ ਚੈਨਲ ਵਿਊ ਵਿਦ ਵਿਵੇਕ 'ਚ। ਦੋਸਤੋ, ਪਹਿਲਾਂ ਤਾਂ ਇਹ ਦੱਸੋ ਤੁਸੀਂ ਸਾਰੇ ਜਾਣੇ ਕਿਵੇਂ ਹੋ? ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਣਗੇ। ਦੋਸਤੋ, ਇਹ ਜੋ ਮੈਂ ਵੀਡੀਓ ਬਣਾ ਰਿਹਾ ਇਹ ਹੈਗੀ ਹੈ ਮੇਲੇ ਦੀ ਵੀਡੀਓ। ਇਹ ਵੀਡੀਓ ਤੁਸੀਂ ਪੂਰੀ ਦੇਖਿਓ, ਬੜੀ ਵਧੀਆ ਵੀਡੀਓ ਬਣੀ ਹੋਈ ਹੈ ਇਹ। ਇਹਦੇ 'ਚ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ। ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰਿਓ, ਲਾਈਕ ਕਰਿਓ ਅਤੇ ਸ਼ੇਅਰ ਕਰਿਓ। ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਇਹ ਵੀਡੀਓ ਕਿਵੇਂ ਲੱਗੀ। ਦੋਸਤੋ, ਅੱਜ ਵਿਖਾਉਂਦੇ ਹਾਂ ਮੇਲਾ ਤੁਹਾਨੂੰ ਗੁੱਗਾ ਮਾੜੀ ਦਾ, ਜੋ ਕਿ ਲੱਗਦਾ ਹੈ ਸਾਡੇ ਪਿੰਡ ਕੁੰਬੜੇ ਦੀ ਗੁੱਗਾ ਮਾੜੀ ਵਿੱਚ। ਇਹ ਮੇਲਾ ਜਨਮਾਸ਼ਟਮੀ ਤੋਂ ਲਗਭਗ ਇੱਕ ਹਫ਼ਤੇ ਬਾਅਦ ਚੌਦਸ ਵਾਲੇ ਦਿਨ ਲੱਗਦਾ ਹੈ। ਪਿੰਡ ਕੁੰਬੜਾ ਮੋਹਾਲੀ ਦਾ ਇੱਕ ਬਹੁਤ ਹੀ ਪੁਰਾਣਾ ਪਿੰਡ ਹੈ, ਜਿਸ ਨੂੰ ਸੈਕਟਰ 68 ਵੀ ਕਿਹਾ ਜਾਂਦਾ ਹੈ। ਇਹ ਮੇਲਾ ਬਹੁਤ ਹੀ ਪੁਰਾਣੇ ਟਾਈਮ ਤੋਂ ਹਰ ਸਾਲ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਪੁਆਧ ਏਰੀਆ ਦਾ ਇੱਕ ਪ੍ਰਸਿੱਧ ਮੇਲਾ ਹੈ। ਇਸ ਦੀ ਪ੍ਰਸਿੱਧੀ ਦਾ ਮੁੱਖ ਕਾਰਨ ਇਸ ਵਿੱਚ ਪੰਜਾਬ ਦੇ ਮਸ਼ਹੂਰ ਪਹਿਲਵਾਨਾਂ ਦੇ ਘੋਲ ਕਰਾਏ ਜਾਂਦੇ ਹਨ, ਜੋ ਕਿ ਤੁਸੀਂ ਅੱਗੇ ਇਸ ਵੀਡੀਓ 'ਚ ਦੇਖੋਗੇ। ਦੇਖੋ ਮੇਲੇ ਦੇ ਰੰਗ, ਤਰ੍ਹਾਂ ਤਰ੍ਹਾਂ ਦੀ ਦੁਕਾਨਾਂ, ਖਾਣ ਪੀਣ ਵਾਲੀਆਂ, ਖਿਡੌਣਿਆਂ ਵਾਲੀਆਂ, ਸਾਜ ਸਮਾਨ ਵਾਲੀਆਂ ਅਤੇ ਘਰੇਲੂ ਸਮਾਨ ਵਾਲੀਆਂ, ਬੱਚਿਆਂ ਵਾਸਤੇ ਜਗ੍ਹਾ ਜਗ੍ਹਾ ਝੂਲੇ ਲੱਗੇ ਹੋਏ ਨੇ, ਜਿੱਥੇ ਬੱਚੇ ਖੂਬ ਆਨੰਦ ਲੈ ਰਹੇ ਨੇ। ਹੁਣ ਤੁਸੀਂ ਦੇਖੋ ਅੱਗੇ ਵੀਡੀਓ ਵਿੱਚ। Thank you.
ਚੱਕ ਦੇਗਾ ਮੈਂ। ਲਾਓ